ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम्सਟ ਟੀਵੀ ਤੇ ਜੋਬ ਅਲਰਟ ਤੇ ਸੋ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਪ੍ਰਸਾਰ ਭਾਰਤੀ ਵਿੱਚ ਪੋਸਟਾਂ ਆਊਟ ਹੋਈਆਂ ਨੇ ਭਰਤੀ ਖੁੱਲੀ ਹੈ ਸੁਯੋਗਤਾ ਅਪਲਾਈ ਪ੍ਰੋਸੈਸ ਚੋਣ ਪ੍ਰੋਸੈਸ ਕੀ ਹੋਏਗਾ ਪੂਰੀ ਜਾਣਕਾਰੀ ਤੁਹਾਡੇ ਨਾਲ ਇਸੇ ਵੀਡੀਓ ਦੇ ਵਿੱਚ ਸ਼ੇਅਰ ਕਰਨ ਜਾ ਰਹੇ ਹਾਂ ਸੋ ਡੇਲੀ ਪੋਸਟਾਂ ਨਾਲ ਸੰਬੰਧਤ ਤੁਹਾਨੂੰ ਜਾਣਕਾਰੀ ਮਿਲਦੀ ਰਹੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਸ਼ੇਅਰ ਕਰਦੇ ਹਾਂ ਜੀ ਪੂਰੀ ਜਾਣਕਾਰੀ ਤਾਂ ਪ੍ਰਸਾਰ ਭਾਰਤੀ ਨੇ ਨਿਊਜ਼ ਐਡੀਟਰ ਸਮੇਤ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਿਹੜਾ ਉਹ ਜਿਦੇ ਮੁਤਾਬਕ ਪ੍ਰਸਾਰ ਭਾਰਤੀ ਇਸ ਭਰਤੀ ਮੈਂ ਬਰਾਹੀ ਨਿਊਜ਼ ਐਡੀਟਰ ਵੈਬ ਐਡੀਟਰ ਗ੍ਰਾਫਿਕ ਡਿਜ਼ਾਈਨਰ ਨਿਊਜ਼ ਰੀਡਰ ਇੰਗਲਿਸ਼ ਐਂਕਰ ਹਿੰਦੀ ਐਂਕਰ ਤੇ ਨਿਊਜ਼ ਰੀਡਰ ਕੰਮ ਟਰਾਂਸਲੇਟਰ ਦੀਆਂ ਅਸਾਮੀਆਂ ਲਈ ਭਰਤੀ ਹੈ ਜਿਹੜਾ ਤਾਂ ਇਸ ਭਰਤੀ ਦੇ ਸੰਬੰਧੀ ਅਪਲਾਈ ਕਰਨ ਲਈ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਜਿਹੜੀ ਹੋਣੀ ਚਾਹੀਦੀ ਹੈ ਜਾਂ ਸੰਬੰਧਤ ਵਿਸ਼ੇ ਦੇ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਜਿਹੜਾ ਹੋਣਾ ਚਾਹੀਦਾ ਹੈ ਤੇ ਨਾਲ ਹੀ ਉਮੀਦਵਾਰ ਕੋਲ ਜਿਹੜਾ ਸੰਬੰਧਤ ਖੇਤਰ ਵਿੱਚ ਕੰਮ ਦਾ ਤਜਰਬਾ ਜਿਹੜਾ ਹੋਣਾ ਚਾਹੀਦਾ ਹੈ ਇਛਕ ਕੁ ਮੀਦਵਾਰ ਦੀ ਉਮਰਾ ਵੱਧ ਹੋਣੀ ਚਾਹੀਦੀ ਹੈ 21 ਸਾਲ ਅਤੇ 50 ਸਾਲ ਦੇ ਵਿਚਕਾਰ ਜਾਨੀ ਕਿ 21 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ 50 ਤੋਂ ਜ਼ਿਆਦਾ ਸੋ ਇਹ ਵੱਖ-ਵੱਖ ਅਹੁਦਿਆਂ ਤੇ ਭਰਤੀ ਲਈ ਉਮੀਦਵਾਰਾਂ ਦੀ ਜਿਹੜੀ ਚੋਣ ਹੈ ਉਹ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਦੇ ਆਧਾਰ ਤੇ ਕੀਤੀ ਜਾਏਗੀ ਜੋ ਵੀ ਦਿਲਚਸਪੀ ਉਮੀਦਵਾਰ ਰੱਖਦੇ ਨੇ ਤਾਂ ਇਹਦਾ ਅਧਿਕਾਰ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਦੇਖ ਸਕਦੇ ਨੇ ਤਾਂ ਅਪਲਾਈ ਕਰਨ ਲਈ ਜਨਰਲ ਕੈਟਾਗਰੀ ਦੇ ਉਮੀਦਵਾਰਾਂ ਨੂੰ 300 ਰੁਪਏ ਐਸਸੀ ਐਸਟੀ ਓਬੀਸੀ ਉਮੀਦਵਾਰਾਂ ਨੂੰ 225 ਰੁਪਏ ਬਿਨੇ ਕਰਨ ਦੀ ਫੀਸ ਜਿਹੜੀ ਉਹ ਜਮ੍ਹਾਂ ਕਰਵਾਉਣੀ ਲਈ ਹੋएगी ਸੋ ਇਹਨਾਂ ਦੀ ਜਿਹੜੀ ਇਹਨਾਂ ਨੇ ਵੈਬਸਾਈਟ ਦਿੱਤੀ ਹੈ ਤੇ ਆ ਕਿ ਤੁਸੀਂ ਅਪਲਾਈ ਕਰ ਸਕਦੇ ਹੋ prasarbharati.gov.in ਇੱਥੇ ਜਾ ਕੇ ਤੁਹਾਨੂੰ ਅਪਲਾਈ ਲਿੰਕ ਮਿਲ ਜੇਗਾ ਤੇ ਬਾਕੀ ਦੀ ਜਿਹੜੀ ਹੋਰ ਜਾਣਕਾਰੀ ਹੈ ਉਹ ਮਿਲ ਜਾਏਗੀ ਜੋ ਵੀ ਉਮੀਦਵਾਰ ਇੰਟਰਸਟਿਡ ਨੇ ਅਪਲਾਈ ਕਰਨਾ ਚਾਹੁੰਦੇ ਨੇ ਇਹਨਾਂ ਪੋਸਟਾਂ ਦੇ ਅਪਲਾਈ ਕਰ ਸਕਦੇ ਆ ਬਾਕੀ ਅੱਗੇ ਜੋ ਵੀ ਅਪਡੇਟਸ ਹੋਣਗੇ ਨਾਲ ਦੀ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਧੰਨਵਾਦ